ਸਤਿ ਸ੍ਰੀ ਅਕਾਲ। ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅਸੀਂ ਯਾਤਰਾ ਆਰੰਭ ਕਰ ਦਿੱਤੀ ਹੈ ਗੁਰਦੁਆਰਾ ਗੋਬਿੰਦ ਘਾਟ ਸਾਹਿਬ ਜੀ ਤੋਂ, ਗੁਰਦੁਆਰਾ ਸ਼੍ਰੀ ਹੇਮਕੁੰਡ ਸਾਹਿਬ ਜੀ ਦੀ। ਸਤਿ ਸ੍ਰੀ ਅਕਾਲ। ਸੋ ਗੁਰਦੁਆਰਾ ਗੋਬਿੰਦ ਧਾਮ ਵਿਖੇ ਅਰਦਾਸ ਕਰਨ ਉਪਰੰਤ ਅਸੀਂ ਯਾਤਰਾ ਸਟਾਰਟ ਕਰ ਦਿੱਤੀ ਹੈ ਗੁਰਦੁਆਰਾ ਸ਼੍ਰੀ ਹੇਮਕੁੰਡ ਸਾਹਿਬ ਜੀ ਦੀ। ਸੋ ਗੁਰਦੁਆਰਾ ਗੋਬਿੰਦ ਧਾਮ ਤੋਂ ਥੋੜ੍ਹਾ ਜਿਹਾ ਅੱਗੇ ਆ ਕੇ ਰਿਵਰ ਸਾਈਡ ਵਿਊ ਆਉਂਦਾ ਹੈ, ਅਤੇ ਬ੍ਰਿਜ ਕ੍ਰੋਸ ਕਰਨ ਤੋਂ ਬਾਅਦ ਉੱਪਰ ਆ ਕੇ ਦੋ ਰਸਤੇ ਆ ਜਾਂਦੇ ਆ। ਇੱਕ ਤਾਂ ਫੁੱਲਾਂ ਵਾਲੀ ਘਾਟੀ ਨੂੰ ਰਸਤਾ ਜਾਂਦਾ, ਇੱਥੋਂ 4 ਕਿਲੋਮੀਟਰ ਦੂਰ ਹੈ। ਲੈਫਟ ਹੈਂਡ ਸਾਈਡ ਨੂੰ ਰਸਤਾ ਮੁੜ ਜਾਂਦਾ ਜੇ ਕਿਸੇ ਨੇ ਫੁੱਲਾਂ ਵਾਲੀ ਘਾਟੀ ਨੂੰ ਜਾਣਾ ਹੋਵੇ ਤਾਂ। ਇੱਧਰੋਂ ਟਰੈਕ ਸਟਾਰਟ ਹੁੰਦਾ ਹੈ ਅਤੇ ਉੱਪਰ ਇੱਧਰਲੀ ਸਾਈਡ ਤੋਂ ਸ਼੍ਰੀ ਗੁਰਦੁਆਰਾ ਹੇਮਕੁੰਡ ਸਾਹਿਬ ਜੀ ਦੀ ਯਾਤਰਾ ਸਟਾਰਟ ਹੁੰਦੀ ਹੈ। ਗੁਰੂ ਗੋਬਿੰਦ ਸਿੰਘ ਜੀ ਫੁੱਲ ਐਨਰਜੀ ਦੇ ਨਾਲ ਯਾਤਰਾ ਕਰਦੇ ਹੋਏ, ਬਹੁਤ ਹੀ ਸੋਹਣਾ ਵਾਟਰਫਾਲ ਹੈ ਇੱਕ ਸਾਈਡ ਅਤੇ ਦੂਸਰੀ ਸਾਈਡ ਹੈ ਹੇਮਕੁੰਡ ਸਾਹਿਬ ਗੁਰਦੁਆਰਾ ਸਾਹਿਬ ਜੀ ਦਾ ਟਰੈਕ ਜਿੱਥੋਂ ਯਾਤਰਾ ਕਰਕੇ ਆਪਾਂ ਜਾਣਾ ਹੈ। ਇੱਦਾਂ ਦੇ ਛੋਟੇ ਛੋਟੇ ਵਾਟਰਫਾਲਸ ਅਤੇ ਇੱਦਾਂ ਕੁਛ ਟਰੈਕ ਨਜ਼ਰ ਆਉਂਦਾ ਹੈ ਹੇਮਕੁੰਡ ਸਾਹਿਬ ਜੀ ਦਾ। ਅਤੇ ਆਲਮੋਸਟ ਹਾਫ ਰਸਤਾ ਕਵਰ ਕਰਨ ਦੇ ਬਾਅਦ ਚਾਹ ਪਾਣੀ ਪੀ ਲੈਂਦੇ ਹਾਂ। ਇਸ ਟਰੈਕ ਦੇ ਉੱਤੇ ਵੀ ਕਾਫੀ ਸਾਰੀਆਂ ਸ਼ੋਪਸ ਕਿਤੇ ਕਿਤੇ ਅਵੇਲੇਬਲ ਹੈਗੀਆਂ ਆ, ਅਤੇ ਸਾਰਾ ਕੁਛ ਅਵੇਲੇਬਲ ਹੈਗਾ ਖਾਣ ਪੀਣ ਲਈ। ਜੇ ਕੋਈ ਰਸਤੇ 'ਚ ਰੁਕ ਕੇ ਰੈਸਟ ਕਰਨਾ ਚਾਹੁੰਦਾ ਅਤੇ ਕੁਛ ਖਾਣਾ ਪੀਣਾ ਚਾਹੁੰਦਾ ਹੈ ਤਾਂ ਖਾ ਸਕਦੇ ਹੈ। ਉਹ ਤੁਸੀਂ ਉੱਪਰ ਦੇਖ ਰਹੇ ਹੋ ਟਰੈਕ ਜਾ ਰਿਹਾ ਜਿੱਥੇ ਸਨੋਅ ਪਈ ਹੋਈ ਹੈ, ਉੱਪਰ ਜਾਣਾ ਹੈ ਅਜੇ। ਸੋ ਵਾਹਿਗੁਰੂ ਜੀ ਦੀ ਕਿਰਪਾ ਨਾਲ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸ਼੍ਰੀ ਹੇਮਕੁੰਡ ਸਾਹਿਬ। ਹੇਮਕੁੰਡ ਸਾਹਿਬ ਗੁਰਦੁਆਰਾ ਸਾਹਿਬ ਦੋ ਵਾਰੀ ਅਰਦਾਸ ਹੁੰਦੀ ਹੈ, ਇੱਕ ਵਾਰੀ ਮੋਰਨਿੰਗ 10:30 ਵਜੇ ਅਰਦਾਸ ਹੁੰਦੀ ਹੈ ਅਤੇ ਇੱਕ ਵਾਰੀ 12:30 ਵਜੇ ਹੁੰਦੀ ਹੈ। ਤਾਂ ਸਾਡੀ ਪੂਰੀ ਕੋਸ਼ਿਸ਼ ਸੀਗੀ ਕਿ ਅਸੀਂ 12:30 ਵਾਲੀ ਅਰਦਾਸ ਦੇ ਵਿੱਚ ਜ਼ਰੂਰ ਪਹੁੰਚਣਾ ਹੈ। ਸੋ ਵਾਹਿਗੁਰੂ ਜੀ ਦੀ ਕਿਰਪਾ ਨਾਲ ਅਸੀਂ ਅਰਦਾਸ ਸ਼ੁਰੂ ਹੀ ਹੋਣ ਵਾਲੀ ਹੈ ਅਤੇ ਅਸੀਂ ਹੇਮਕੁੰਡ ਸਾਹਿਬ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਹਾਂ। ਸੋ ਪਹਿਲਾਂ ਜੋੜੇ ਜਮ੍ਹਾਂ ਕਰਾਉਣ ਤੋਂ ਬਾਅਦ ਅਸੀਂ ਪਹਿਲਾਂ ਅਰਦਾਸ ਦੇ ਵਿੱਚ ਸ਼ਾਮਿਲ ਹੋਵਾਂਗੇ। ਅਰਦਾਸ ਬੇਨਤੀ ਕਰਨ ਉਪਰੰਤ ਅਸੀਂ ਇਸ਼ਨਾਨ ਕਰਾਂਗੇ, ਇਸ਼ਨਾਨ ਕਰਨ ਤੋਂ ਉਪਰੰਤ ਅਸੀਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਂਗੇ। ਸੋ ਆ ਜਾਓ ਦਰਸ਼ਨ ਕਰਦੇ ਹਾਂ ਹੇਮਕੁੰਡ ਸਾਹਿਬ ਗੁਰਦੁਆਰਾ ਸਾਹਿਬ ਜੀ ਦੇ। ਸੋ ਜਿਵੇਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਵਿਚਿੱਤਰ ਨਾਟਕ ਵਿੱਚ ਸੁਸ਼ੋਭਿਤ ਕੀਤਾ ਹੈ, ਹੇਮਕੁੰਡ ਪਰਬਤ ਹੈ ਜਹਾਂ ਸਪਤ ਸਿੰਘ ਸੋਭਤ ਹੈ ਤਹਾਂ। ਸੋ ਇਹ ਗੁਰਦੁਆਰਾ ਸਾਹਿਬ 7 ਪਰਬਤ ਚੋਟੀਆਂ ਨਾਲ ਘਿਰਿਆ ਹੋਇਆ ਹੈ। 7 ਪਰਬਤ ਚੋਟੀਆਂ ਦੇ ਉੱਤੇ ਨਿਸ਼ਾਨ ਸਾਹਿਬ ਲਗਾਏ ਗਏ ਹਨ। ਸੋ ਇਹ 7 ਪਰਬਤ ਚੋਟੀਆਂ ਜੋ ਕਦੀ ਕਦੀ ਜੋ ਨਿਸ਼ਾਨ ਸਾਹਿਬ ਨਜ਼ਰ ਆਉਂਦੇ ਹਨ, ਅਤੇ ਹੁਣ ਅਸੀਂ ਅਰਦਾਸ ਵਿੱਚ ਸ਼ਾਮਿਲ ਹੋ ਚੁੱਕੇ ਹਾਂ। ਅਰਦਾਸ ਬੇਨਤੀ ਕਰ ਲਈਏ ਹੁਣ। ਵਾਹਿਗੁਰੂ ਜੀ ਦੀ ਅਪਾਰ ਕਿਰਪਾ ਅਤੇ ਬਖਸ਼ੇ ਸਦਕਾ ਸਾਨੂੰ ਸ਼੍ਰੀ ਹੇਮਕੁੰਡ ਸਾਹਿਬ ਜੀ ਦੇ ਦਰਸ਼ਨ ਕਰਨਾ ਮਿਲਿਆ ਹੈ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨਾ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਗੁੰਗੇ, ਜੁਗ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨਣੀ ਨਾ ਮਤ ਉੱਚੀ, ਮਤ ਕਰਦਾ ਰੱਖ ਆਪ ਵਾਹਿਗੁਰੂ।
ਸ੍ਰੀ ਅਕਾਲ ਪੁਰਖੇ ਆਪਣੇ ਪੰਥ ਦੇ ਸਦਾ ਸਹਾਇਤਾ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਥਾਨ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਨ, ਨੇ ਤਾਣਿਆਂ ਦੇ ਤਾਨ, ਨੇ ਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਤਪ ਅਸਥਾਨ ਸਤਖੰਡ ਸ੍ਰੀ ਹੇਮਕੁੰਟ ਸਾਹਿਬ ਵਿਖੇ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਕੇ ਹਜ਼ੂਰ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ, ਸ਼ਬਦ ਚੌਂਕੀ ਚੌਪਈ ਸਾਹਿਬ ਸ੍ਰੀ ਆਨੰਦ ਸਾਹਿਬ ਜੀ ਕੇ ਭੋਗ ਜੀ ਕੀ ਅਰਦਾਸ ਹੈ ਜੀ। ਭੁੱਲ ਚੁੱਕ ਮਾਫ ਕਰਨੀ, ਆਈਆਂ ਸੰਗਤਾਂ ਦੀਆਂ ਹਾਜ਼ਰੀਆਂ, ਤਿਲ ਫੁਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਜੀ, ਯਾਤਰਾ ਸਫਲ ਕਰਨੀ, ਸਭਨਾਂ ਦੀਆਂ ਮਨੋ ਭਾਵਨਾਵਾਂ ਗੁਰਮਤਿ ਅਨੁਸਾਰ ਸੰਪੂਰਨ ਕਰਨੀਆਂ ਜੀ। ਕਰੋ ਕਰੋ ਨਾਮ ਦਾਨ, ਗੁਰਸਿੱਖੀ ਜੀਵਨ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰਨਾ ਜੀ। ਸੱਚੇ ਪਾਤਸ਼ਾਹ ਜੀਓ, ਤੂੰ ਸਾਧ ਸੰਗਤ ਟਹਿਲੀਆਂ ਦੀ ਸ਼ੁਕਰਾਨੇ ਦੀ ਅਰਦਾਸ। ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਦੀਆਂ ਦੇਗਾਂ ਹਾਜ਼ਰ ਹਨ, ਦਰ ਪ੍ਰਵਾਨ ਹੋਣ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆ ਗਿਆ ਬਖਸ਼ੋ ਜੀ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੋ ਪ੍ਰਭ ਗੋਬਿੰਦ ਬੋਚ ਹੈ ਸ਼ਬਦ ਮਿਲੇ, ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ, ਵਾਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਏ, ਵਾਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਏ, ਬੋਲੇ ਸੋਨਿਆ ਸੋ। ਅਰਦਾਸ ਬੇਨਤੀ ਕਰਨ ਉਪਰੰਤ ਹੁਣ ਅਸੀਂ ਇਸ਼ਨਾਨ ਕਰਾਂਗੇ। ਜਦੋਂ ਹੀ ਗੁਰਦੁਆਰਾ ਸਾਹਿਬ ਪਹੁੰਚੇ ਸੀ ਉਦੋਂ ਅਰਦਾਸ ਸ਼ੁਰੂ ਹੋ ਗਈ ਸੀ, ਤਾਂ ਅਸੀਂ ਅਰਦਾਸ ਬੇਨਤੀ ਵਿੱਚ ਸ਼ਾਮਿਲ ਹੋ ਗਏ ਸੀ। ਇਹ ਗੁਰਦੁਆਰਾ ਸਾਹਿਬ ਦਾ ਸਰੋਵਰ ਅਤੇ ਉਸ ਸਾਈਡ ਬੀਬੀਆਂ ਦਾ ਇਸ਼ਨਾਨ ਘਰ ਹੈ, ਅਤੇ ਰਾਈਟ ਹੈਂਡ ਸਾਈਡ ਇੱਧਰ ਬੰਦਿਆਂ ਦਾ ਹੈ ਇਸ਼ਨਾਨ ਘਰ। ਸੋ ਆਪਾਂ ਇਸ਼ਨਾਨ ਕਰਾਂਗੇ, ਹੁਣ ਇਸ਼ਨਾਨ ਕਰਨ ਉਪਰੰਤ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਂਗੇ। ਗੁਰਦੁਆਰਾ ਸ਼੍ਰੀ ਹੇਮਕੁੰਡ ਸਾਹਿਬ ਦਰਸ਼ਨ ਕਰਨ ਉਪਰੰਤ ਅਲੌਕਿਕ ਸ਼ਕਤੀ ਅਤੇ ਸ਼ਾਂਤੀ ਦਾ ਅਨੁਭਵ ਹੁੰਦਾ ਹੈ। ਸੋ ਇੱਧਰ ਬੀਬੀਆਂ ਦਾ ਇਸ਼ਨਾਨ ਘਰ ਹੈ, ਬੀਬੀਆਂ ਦੇ ਇਸ਼ਨਾਨ ਘਰ ਵਾਲੀ ਸਾਈਡ ਰਾਈਟ ਹੈਂਡ ਸਾਈਡ 'ਤੇ ਅੱਗੇ ਜਾ ਕੇ ਲਕਸ਼ਮਣ ਮੰਦਰ ਵੀ ਹੈ, ਜਿਹਦਾ ਨਾਮ ਹੈ ਸ਼੍ਰੀ ਲੋਕਪਾਲ ਲਕਸ਼ਮਣ ਮੰਦਰ। ਸੋ ਇਸ਼ਨਾਨ ਕਰਨ ਉਪਰੰਤ ਦਰਸ਼ਨ ਕਰਵਾਉਂਦੇ ਹਾਂ ਤੁਹਾਨੂੰ ਗੁਰਦੁਆਰਾ ਸ਼੍ਰੀ ਹੇਮਕੁੰਡ ਸਾਹਿਬ ਜੀ ਦੇ।
ਸੋ ਇਹ ਗੁਰਦੁਆਰਾ ਸਾਹਿਬ ਕਾਫੀ ਉਚਾਈ ਤੇ ਬਣਿਆ ਹੋਣ ਕਰਕੇ ਇੱਥੇ ਮੌਸਮ ਦਾ ਕੁਝ ਨਹੀਂ ਪਤਾ ਲੱਗਦਾ, ਕਦੋਂ ਮੀਂਹ ਆ ਜਾਂਦਾ ਹੈ, ਕਦੋਂ ਧੁੱਪ ਨਿਕਲ ਆਉਂਦੀ ਹੈ। ਜਦੋਂ ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਦਰਸ਼ਨ ਕਰਨ ਗਏ ਸੀ ਉਦੋਂ ਪੂਰੀ ਧੁੱਪ ਨਿਕਲੀ ਹੋਈ ਸੀ, ਹੁਣ ਅਚਾਨਕ ਮੀਂਹ ਸਟਾਰਟ ਹੋ ਗਿਆ ਹੈ। ਅਸੀਂ ਰੇਨਕੋਟ ਪਾ ਲਿਆ ਆਪਣੇ, ਅਤੇ ਹੁਣ ਅਸੀਂ ਇੱਥੇ ਦੇ ਲੰਗਰ ਹਾਲ ਜਿੱਥੇ ਕਿ ਚਾਹ ਦਾ ਗਰਮ ਗਰਮ ਚਾਹ ਅਤੇ ਖਿਚੜੀ ਦਾ ਲੰਗਰ ਚੱਲਦਾ ਰਹਿੰਦਾ ਹੈ, ਸੋ ਅਸੀਂ ਚਾਹ ਅਤੇ ਖਿਚੜੀ ਦਾ ਲੰਗਰ ਛਕਾਂਗੇ। ਸੋ ਚੱਲਦੇ ਹਾਂ ਲੰਗਰ ਹਾਲ ਵੱਲ ਨੂੰ। ਸੋ ਗਰਮ ਗਰਮ ਚਾਹ ਅਤੇ ਖਿਚੜੀ ਦਾ ਲੰਗਰ ਛਕਣ ਉਪਰੰਤ ਜਦੋਂ ਅਸੀਂ ਬਾਹਰ ਆਏ ਤਾਂ ਦੇਖਿਆ ਬਿਲਕੁਲ ਧੁੱਪ ਨਿਕਲੀ ਹੋਈ ਜਿੱਦਾਂ ਪਹਿਲਾਂ ਸੀ। ਮੂੰਹ ਸਹੀ ਕਰੋ, ਲਿਪਸ ਨਹੀਂ ਅੰਦਰ। ਸੋ ਗੁਰਦੁਆਰਾ ਸ਼੍ਰੀ ਹੇਮਕੁੰਡ ਸਾਹਿਬ ਜੀ ਦੇ ਸਾਡੇ ਦਰਸ਼ਨ ਬਹੁਤ ਹੀ ਵਧੀਆ ਰਹੇ, ਮਹਾਰਾਜ ਜੀ ਦੀ ਪੂਰੀ ਕਿਰਪਾ ਰਹੀ ਪੂਰੀ ਯਾਤਰਾ ਦੌਰਾਨ। ਗੁਰਗੈਵਿੰਦ ਨੂੰ ਵੀ ਆਪਾਂ ਇਸ਼ਨਾਨ ਕਰਵਾਇਆ। ਸੋ ਜਦੋਂ ਅਸੀਂ ਯਾਤਰਾ ਕਰ ਰਹੇ ਸੀ, ਇਹ ਵਾਲੇ ਸਿੰਘ ਸਾਡੇ ਨਾਲ ਹੀ ਯਾਤਰਾ ਕਰ ਰਹੇ ਸੀ, ਉੱਪਰ ਆ ਰਹੇ ਸੀਗੇ। ਸੋ ਆਈ ਹੋਪ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ। ਜੇਕਰ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਿਓ ਅਤੇ ਆਪਣੇ ਫਰੈਂਡਸ ਐਂਡ ਫੈਮਿਲੀ ਨਾਲ ਜ਼ਰੂਰ ਸ਼ੇਅਰ ਕਰਿਓ। ਅਤੇ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਪਲੀਜ਼ ਜਲਦੀ ਤੋਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਨਾਲ ਦੀ ਨਾਲ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਤਾਂ ਸਾਡੀ ਆਉਣ ਵਾਲੀ ਸਾਰੀ ਵੀਡੀਓਜ਼ ਦੇ ਨੋਟੀਫਿਕੇਸ਼ਨ ਮਿਲਦੇ ਰਹਿਣ, ਕੋਈ ਵੀ ਵੀਡੀਓ ਤੁਹਾਡੇ ਤੋਂ ਮਿਸ ਨਾ ਹੋਵੇ। ਸੋ ਇਸ ਤੋਂ ਬਾਅਦ ਅਸੀਂ ਗੁਰਦੁਆਰਾ ਗੋਬਿੰਦ ਧਾਮ ਤੱਕ ਦੀ ਯਾਤਰਾ, ਵਾਪਸੀ ਦੀ ਯਾਤਰਾ ਸਟਾਰਟ ਕਰ ਦਿੱਤੀ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।